दोस्तों मैं हां विकास नेत लेके हाजिर है प्रोग्राम ग्लोबल एडुकर प्रेजेंट्स मस्ती कैंपस दी जी हां दोस्तों आज साडा कैंपस है जी ए वाला देख लिया हां जी एमएएस कॉन्वेंट स्कूल जीवनवाला फरीदकोट ते करिए मस्ती आ जाओ फिर कैंपस दी मस्ती कैंपस दी ग्लोबल एडुकर स्पेशल कैबिन स्पीकिंग रोजाना दी प्रैक्टिस वास्ते फ्रेश मटेरियल घर जाके प्रैक्टिस लई फ्रेश मटेरियल इमीग्रेशन सेवावां आईएलएस दौरान कंडीशन ऑफर लेटर्स मालवा जोन दी आईएलएस अते इमीग्रेशन संस्था ग्लोबल एडुकेयर हरिंद्रा नगर कोटपुरा रोड फरीदकोट मोबाइल 98885 49094 मस्ती कैंपस दी लो जी दोस्तों तुहाडा स्वागत है इस प्रोग्राम में जिसका नाम है जी ग्लोबल एडुकेयर प्रेजेंट्स मस्ती कैंपस दी हरमन नाम है कि मैं नहीं नहीं हरमन नहीं मेरा नाम की हरमन नहीं मेरा नाम की नाम है तेरा हरजिंदर अपर रोलर लोअर रोलर अपर रोलर लोअर पांच बारी बोलना एक बारी अड़ गए यार अपर रोलर लोअर रोलर अपर रोलर लोअर इतने प्रैक्टिस करनी जाना नहीं कितने हाँ जी की बोलना सीगा रिपीट कर दे अपर रोलर लोअर रोलर अपर रोलर लो अपर रोलर लोअर रोलर इतने थले डिगा कुछ सामने खड़े हो गए उधर देख के अपर रोलर लोअर अपर रोलर लोअर रोलर पांच बॉयज ने पूछ लिया कोई नहीं बोल सका गर्ल्स दी बारी अपर रोलर लोअर रोलर अपर अपर रोलर अपर रोलर अपर रोलर तो पहले ना करते कि तू आए ना अपर रोलर लोअर रोलर अपर रोलर अपर रोलर साफ बोलना है थोड़ी बोला वॉमिटिंग नहीं कर रही प्रिफेक्ट कैप्टन कैप्टन साहब जरूर बोलेंगे अपर रोलर लोअर रोलर दोबारा अपर रोलर लोअर रोलर यार बहुत हंसदा पे तेरे गल ते खाली बोल के इधर आ जाना हाँ भाई अपर रोलर लोअर रोलर अपर रोला नहीं पाना अपर रोला दिका रोला अपर रोला की बोली जाना मैं अपर रोलर लोअर रोलर बड़ा एक बारी बोल के मेरे से सांग अपर रोलर बोलता जी पांच बारी अपर रोलर लोअर रोलर अपर रोलर लोअर रोलर अपर रोलर लोअर रोलर अगे कमांडर साहब हाँ जी नहीं बोले हमने अपर रोलर रोलर ਜਿੱਡੀ ਤੇਰੀ ਹਾਈਟ ਹੈ ਨਾ ਘਰ ਡਿਸ਼ ਲਾਉਣ ਦੀ ਲੋੜ ਨਹੀਂ ਉਹਦਾ ਸਿਗਨਲ ਫੜ ਜਾਣੇ ਉਹ ਨਹੀਂ ਸਾਡੀ ਹਾਈਟ ਨਾਲ ਥੋੜੀ ਜਮਾਨ ਚੱਲਣੀ ਅੱਛਾ ਬੋਲ ਹਾਂ ਕਿਹਦੇ ਨਾਲ ਚੱਲਦੀ ਆ ਇਹ ਤਾਂ ਫਿਰ ਕੁਦਰਤੀ ਚੱਲਦੀ ਹੈ ਕੁਦਰਤੀ ਚੱਲਦੀ ਹੈ ਨਾ ਦਿਮਾਗ ਤੇ ਚੱਲਦਾ ਨਾ ਪੂਰਾ ਜੋਤਪ੍ਰੀਤ ਸਿੰਘ ਤੂੰ ਪੱਕਾ ਨੇਤਾ ਬਣ ਸਕਦਾ ਹੈ ਮੋਟਾ ਖੜਾ ਹੋ ਸਕਦਾ ਹੈ ਜਿੱਦਾਂ ਤੇਰਾ ਪੋਜ਼ ਹੈ ਹਾਂ ਇਹ ਦੇਖੋ ਫਿਰ ਇਹ ਵੋਟ ਮੈਨੂੰ ਹੀ ਪਾਣੀ ਆ ਮੈਨੂੰ ਪਾ ਦਿਓ ਜੀ ਹਾਂ ਚੋਣ ਨਿਸ਼ਾਨ ਉੱਧਰ ਕਿੱਥੇ ਤੁਰ ਪਿਆ ਵਾਪਸ ਯਾਰ ਗੱਲ ਤਾਂ ਸੁਣ ਜਾ ਪੂਰੀ ਅੱਛਾ ਚੋਣ ਨਿਸ਼ਾਨ ਕੀ ਰੱਖੇਗਾ ਚੋਣ ਨਿਸ਼ਾਨ ਜਿਹੜਾ ਮਿਲ ਜੂਗਾ ਜੀ ਜਿਹੜਾ ਕਿਹੜਾ ਤੁਹਾਡੀ ਐਨਕਾਂ ਸੋਹਣੀਆਂ ਲੱਗਦੀਆਂ ਐਨਕ ਐਨਕ ਰੱਖ ਦਈਏ ਬਸ ਠੀਕ ਹੈ ਫਿਰ ਤਾਂ ਵੋਟ ਤਾਂ ਮੰਗ ਫਿਰ ਆ ਗਏ ਵੋਟਾਂ ਕਿੱਦਾਂ ਮੰਗੇਗਾ ਇਹ ਸਮਝ ਲਾ ਸਾਰੀ ਜਨਤਾ ਖੜੀ ਹੈ ਬੋਲੋ ਜੀ ਬਾਈ ਤੁਹਾਡੇ ਸਾਰੇ ਕੰਮ ਕੀਤੇ ਐਨਕ ਬਾਈ ਜੀ ਦੇ ਕੰਮ ਕੀਤੇ ਆ ਭੈਣਾਂ ਨੂੰ ਬੋਲ ਨਾਲ ਭਾਈ ਹੋ ਤੇ ਬੀਬੀ ਹੋ ਪੂਰਾ ਬੋਲ ਮੇਰੇ ਮੇਰੇ ਭੈਣੋ ਤੇ ਭਰਾਵੋ ਤੁਹਾਡੇ ਭੈਣਾਂ ਬੋਲ ਵਾਲੇ ਅੱਖਾਂ ਥੱਲੇ ਕਰ ਲਈਆਂ ਸੀ ਪੂਰਾ ਉੱਚਾ ਬੋਲਣਾ ਮੇਰੀਆਂ ਭੈਣਾਂ ਤੇ ਭਰਾਵੋ ਮੇਰੇ ਭਰਾਵੋ ਤੇ ਭੈਣੋ ਭੈਣਾਂ ਬੜਾ ਔਖਾ ਨਿਕਲਦਾ ਵਾ ਕੁਛ ਹੈ ਨਹੀਂ ਫਿਰ ਵੀ ਵੈਸੇ ਫਿਰ ਵੀ ਵੈਸੇ ਉਹ ਇੱਕ ਦਿਨ ਇੱਕ ਫਕੀਰ ਸਾਈਂ ਦਾ ਗਲੀ 'ਚੋਂ ਲੰਘਿਆ ਜਾਵੇ ਕੋਠੇ ਉੱਤੇ ਖੜੀ ਹਸੀਨਾ ਜ਼ੁਲਫਾਂ ਪਈ ਸੁਕਾਵੇ ਵੇਖ ਵੇਖ ਕੇ ਸੂਰਤੀ ਉਸਦੀ ਬਾਬਾ ਗਿੜਦਾ ਪਾਵੇ ਕੁਦਰਤ ਨੇ ਕਿਹਾ ਚੀਜ਼ ਬਣਾਈ ਕਾਦਰ ਦੇ ਗੁਣ ਗਾਵੇ ਹੋਏ ਉਸ ਮਗਰੂਰ ਹਸੀਨਾ ਦੇ ਦਿਲ ਖੌਰੇ ਕੀ ਗੱਲ ਆਈ ਕਹਿੰਦੀ ਖੜ ਜਾ ਕੁੱਤਿਆ ਸਾਧਾ ਮੈਂ ਆਪਣਾ ਖਸਮ ਬੁਲਾ ਕੇ ਲਿਆਈ ਉਹ ਖਸਮ ਉਹ ਦੇਣੇ ਆਣ ਫਕਰ ਦੇ ਕੱਢ ਮਾਰੀਆਂ ਲੱਤਾਂ ਤੂੰ ਮੇਰੀ ਤੀਵੀਂ ਨੂੰ ਛੇੜੇ ਭਾਂਦੂ ਤੇਰੀਆਂ ਅੱਖਾਂ ਹੋ ਲੱਤਾਂ ਲੁੱਤਾਂ ਖਾ ਕੇ ਬਾਬਾ ਉੱਠਿਆ ਮੌ 'ਚ ਆ ਕੇ ਆਪਣੇ ਖਸਮ ਨਾਲ ਗੱਲਾਂ ਕਰਦਾ ਉੱਪਰ ਬਿਰਤੀ ਲਾ ਕੇ ਕਹਿੰਦਾ ਸਾਈਆਂ ਉਹ ਸਿਰ ਮੇਰੇ ਦਿਆ ਸਾਈਆਂ
ਵੇ ਕਦ ਪਹੁੰਚੇਗਾ ਜਦ ਦੁਨੀਆਂ ਨੇ ਫੱਟੀਆਂ ਪੋਚ ਵਿਖਾਈਆਂ ਵੇ ਤੇਰੇ ਕਰਕੇ ਤੇਰੇ ਨਾਂ 'ਤੇ ਮਾਰ ਸੋਹਣਿਆਂ ਖਾਧੀ ਵੇ ਤੇਰੇ ਪਈਆਂ ਮੇਰੇ ਪਈਆਂ ਕਦ ਮੋੜੇਗਾ ਭਾਜੀ ਉਹ ਫਿਰ ਇੰਨੇ ਗੱਲ ਦੀ ਦੇਰ ਸੀ ਮੌਲਾ ਆਇਆ ਸੀ ਖੇਡ ਰਚਾਈ ਉਸ ਤੀਵੀਂ ਦਾ ਖਸਮ ਪਲਾਂ ਵਿੱਚ ਲੱਗਾ ਦੇਣ ਦੁਹਾਈ ਕਹਿੰਦਾ ਹਾਏ ਉਹ ਮੇਰੀਆਂ ਅੱਖਾਂ ਮੈਨੂੰ ਕੁਝ ਵੀ ਨਜ਼ਰ ਨਾ ਆਵੇ ਵੇਖ ਵੇਖ ਕੇ ਤੀਵੀਂ ਉਸਦੀ ਰੋਵੇ 'ਤੇ ਕੁਰਲਾਵੇ ਪੈਰ ਫੜੇ ਜਦ ਬਾਬੇ ਦੇ ਉਹਨੇ ਰੋ ਕੇ ਪੁੱਲ ਬਖਸ਼ਾਈ ਤੌਬਾ ਕੀਤੀ ਹੱਥ ਕੰਨਾਂ ਨੂੰ ਹੋਸ਼ ਟਿਕਾਣੇ ਆਈ ਉਹ ਬਾਬਾ ਕਹਿੰਦਾ ਸੁੰਨੀ ਕੁੜੀਏ ਜੋ ਕਰੀਏ ਸੋ ਭਰੀਏ ਨੀ ਫੱਕਰਾਂ ਦੇ ਗੜ ਪੈਣ ਤੋਂ ਪਹਿਲਾਂ ਮੌਲਾ ਕੋਲੋਂ ਡਰੀਏ ਜੇ ਤੇਰਾ ਖਸਮ ਹੈ ਬੰਦਾ ਕੁੜੀਏ ਸਾਡਾ ਖਸਮ ਹੈ ਅੱਲਾ ਨੀ ਹਰ ਕੋਈ ਖਸਮਾਂ ਵਾਲੀ ਜੀ ਦੇ ਅੱਗੇ ਅੜਦੀ ਪੱਲਾ ਸੋਹਣਿਆਂ ਨੂੰ ਵੇਖ ਕੇ ਤੇ ਹਰ ਕੋਈ ਖਲੋਵੇਗਾ ਸੋਹਣਿਆਂ ਨੂੰ ਵੇਖ ਕੇ ਤੇ ਹਰ ਕੋਈ ਖਲੋਵੇਗਾ ਉਹ ਸੋਹਣੇ ਜੋ ਬਣਾਉਂਦਾ ਆਪ ਕਿੰਨਾ ਸੋਹਣਾ ਹੋਵੇਗਾ ਉਹ ਸੋਹਣੇ ਰੰਗ ਦੀ ਸੋਹਣੀ ਕੁੜੀਏ ਕਰੀਏ ਨਾ ਮਗਰੂਰੀ ਕਦ ਕੋਈ ਕੈਦੋ ਲੰਘਾ ਤੇਰੀ ਵੇਦ ਮਲਾ ਜੇ ਚੂਰੀ ਸੱਪ ਸਾਹ ਤੋਂ ਬਚ ਕੇ ਰਹੀਏ ਅੱਗਾਂ ਨਾ ਕਦੇ ਵਲੀਏ ਨੀ ਹੱਥ ਜੋੜ ਕੇ ਰਾਹ ਛੱਡ ਦਈਏ ਲੰਘ ਜਾਣ ਦੇ ਚੱਲੀਏ ਨੀ ਇੱਕ ਦਿਨ ਖੁਰ ਜਾਏਗੀ ਖੰਡ ਮਿਸ਼ਰੀ ਦੀਏ ਡਲੀਏ ਨੀ ਇੱਕ ਦਿਨ ਖੁਰ ਜਾਏਗੀ ਖੰਡ ਮਿਸ਼ਰੀ ਦੀਏ ਡਲੀਏ ਮੰਨ ਲਾ ਤੇਰਾ ਮੋਟਰਸਾਈਕਲ ਖਰਾਬ ਹੋ ਗਿਆ ਤੂੰ ਰਿਕਸ਼ਾ 'ਤੇ ਆਉਣਾ ਅਤੇ ਰਿਕਸ਼ੇ ਵਾਲੇ ਭਾਈ ਨਾਲ ਰੇਟ ਕਰਨਾ 5 ਰੁਪਏ ਤੇਰੀ ਜੇ ਜਾਂ 5 ਰੁਪਏ ਸਕੂਲ ਆਉਣਾ ਠੀਕ ਹੈ ਰਿਕਸ਼ੇ ਵਾਲਾ ਬੁਲਾਵਾਂ ਕੋਈ ਤੂੰ ਆਹਦਾ ਬਣਿਆ ਰਿਕਸ਼ੇ ਵਾਲਾ ਅੱਜ ਤੂੰ ਲੈ ਕੇ ਜਾਣਾ ਉਹਨੂੰ ਸਕੂਲ ਠੀਕ ਹੈ ਕਰੀਏ ਸਟਾਰਟ ਬਈ ਆਪਣਾ ਰਿਕਸ਼ਾ ਰਿਕਸ਼ਾ ਸਾਫ਼ ਕਰ ਬਈ ਹਾਂ ਟੇਬਲ ਨਹੀਂ ਸਾਫ਼ ਕਰਨਾ ਰਿਕਸ਼ਾ ਸਾਫ਼ ਕਰਨਾ ਹੈ ਮੇਰੇ ਅੱਜ ਸੀਟ ਸਾਫ਼ ਕੀਤੀ ਸੀਟ ਸਾਫ਼ ਕੀਤੇ ਹਾਂ ਠੀਕ ਹੈ ਜੀ ਹਾਂ ਸੀਟ ਤੋਂ ਬਾਅਦ ਹੋਰ ਬਾਕੀ ਹੈਂਡਲ ਹੁੰਡਲ ਪਿਛਲੀ ਸੀਟ ਰਿਕਸ਼ਾ ਰਿਕਸ਼ਾ ਹਾਂ ਰਿਕਸ਼ਾ ਉੱਧਰ ਤੋਂ ਵੀ ਜਾ ਸਕਦਾ ਹੈ ਉੱਧਰ ਵੀ ਕੋਈ ਸਵਾਰੀ ਆ ਸਕਦੀ ਹੈ ਚਲੋ ਤੂੰ ਉੱਧਰੋਂ ਸਵਾਰੀ ਮੰਗ ਚੱਲ ਬਈ ਰਿਕਸ਼ੇ ਵਾਲਾ ਖੜਾ ਆਵਾਜ਼ ਮਾਰ ਰਿਕਸ਼ੇ ਵਾਲੇ ਬਾਈ ਤੇਰਾ ਘਰ ਰਿਕਸ਼ੇ ਵਾਲੇ ਬਾਈ ਉਹ ਦੂਰ ਖੜਾ ਰਿਕਸ਼ੇ ਵਾਲਿਆ ਹੋਰ ਉੱਚਾ ਤੂੰ ਇੰਨੀ ਜਲਦੀ ਕਿੱਦਾਂ ਸੁਣ ਲਿਆ ਤੇਰਾ ਧਿਆਨ ਤਾਂ ਉੱਧਰ ਉੱਚੀ ਆਵਾਜ਼ ਮਾਰ ਪਿੱਠ ਵਾਲਿਆ ਪਿੱਠ ਉੱਧਰ ਕਰ ਹਾਂ ਚੱਲ ਬਈ ਰਿਕਸ਼ੇ ਵਾਲਿਆ ਆ ਗਿਆ ਜੀ ਰਿਕਸ਼ਾ ਤਾਂ ਲਾਇਆ ਪੈਦਲ ਹੀ ਆ ਗਿਆ ਚਲੋ ਰਿਕਸ਼ਾ ਬਾਅਦ ਆ ਜਾਊਗਾ ਚਲ ਆ ਬਈ ਬਾਈ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ 5 ਰੁਪਏ ਉਹਨੇ ਕੀ ਲਾਣਾ ਤੇਰਾ ਮੋਟਰਸਾਈਕਲ ਖਰਾਬ ਹੋ ਗਿਆ ਉਹਨੂੰ ਦੱਸ ਤੂੰ ਕਿੱਥੇ ਜਾਣਾ ਮੈਂ ਸਕੂਲ ਛੱਡਿਆ ਯਾਰ ਛੱਡ ਉਹਨਾਂ ਵਿੱਚ ਪੁੱਛਦੇ ਸੀ ਸਕੂਲ ਕਿੱਥੇ ਆ ਸਕੂਲ ਮੈਨੂੰ ਪਤਾ ਜੀ ਇੱਕੋ ਸਕੂਲ ਪੜ੍ਹਿਓ ਸਕੂਲ ਪੁੱਛ ਕਿਹੜੇ ਸਕੂਲ ਜਾਣਾ ਬਈ ਕਿਹੜੇ ਸਕੂਲ ਜਾਣਾ ਬਈ ਵਿੱਚ ਰਿਆ ਸਿੰਘ ਇੰਨੀ ਵਾਰਡ ਨਹੀਂ ਮੈਂ ਜਾਂਦਾ ਹਾਂ ਇੰਨੀ ਵਾਰਡ ਨਹੀਂ ਜਾਂਦਾ ਉਹ ਛੱਡਿਆ ਯਾਰ ਚੱਲ ਛੱਡ ਦੇ ਬੜਾ ਗਿਆ ਪੈਸੇ ਨਹੀਂ ਕਰਨੇ ਕੋਈ ਨਾ ਯਾਰ ਹੀ ਆ ਉਹ ਰਿਕਸ਼ੇ ਵਾਲੇ ਯਾਰ ਬਣਾਇਆ ਤੂੰ ਹੋਰ ਯਾਰ ਉਹ ਡੋਲੀ ਨਹੀਂ ਲੈ ਕੇ ਚੱਲਿਆ ਰਿਕਸ਼ੇ ਵਾਲੇ ਕਿੱਦਾਂ ਪੈਂਦੇ ਹੁੰਦੇ ਆ ਲੱਤ ਘਵਾ ਕੇ ਅੱਗੋਂ ਦੀ ਹਾਂ ਚੱਲ ਸਵਾਰੀ ਤੇ ਬਿਠਾ ਲਾ ਹੁਣ ਬਹਿ ਜਾ ਬਈ ਚੱਲ ਬਈ ਲਓ ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਗਲੋਬਲ ਐਡੂਕੇਅਰ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ ਮਸਤੀ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਜੀ ਰਿਕਸ਼ੇ ਵਾਲਾ ਸਵਾਰੀ ਲੈ ਕੇ ਥੋੜ੍ਹਾ ਥੱਕ ਗਿਆ ਥੋੜ੍ਹੀ ਬ੍ਰੇਕ ਨਾ ਲੈ ਲਈਏ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਮਸਤੀ ਕੈਂਪਸ ਦੀ ਗਲੋਬਲ ਐਡੂਕੇਅਰ ਸਪੈਸ਼ਲ ਕੈਬਨ ਸਪੀਕਿੰਗ ਰੋਜ਼ਾਨਾ ਦੀ ਪ੍ਰੈਕਟਿਸ ਵਾਸਤੇ ਫਰੈਸ਼ ਮਟੀਰੀਅਲ ਘਰ ਜਾ ਕੇ ਪ੍ਰੈਕਟਿਸ ਲਈ ਫਰੈਸ਼ ਮਟੀਰੀਅਲ ਇਮੀਗ੍ਰੇਸ਼ਨ ਸੇਵਾਵਾਂ ਆਈਲੈਟਸ ਦੌਰਾਨ ਕੰਡੀਸ਼ਨ ਆਫ ਫੋਰ ਲੈਟਰਸ ਮਾਲਵਾ ਜ਼ੋਨ ਦੀ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾ ਗਲੋਬਲ ਐਡੂਕੇਅਰ ਹਰਿੰਦਰਾ ਨਗਰ ਕੋਟਪੂਰਾ ਰੋਡ ਫਰੀਦਕੋਟ ਮੋਬਾਈਲ 98885-49094 ਸਿਹਤ ਹੈ ਤੋ ਦੁਨੀਆਦਾਰੀ ਨਿਭੇਗੀ ਸਿਹਤ ਹੈ ਤੋ ਹਰ ਸੌਗਾਤ ਜਚੇਗੀ ਔਰ ਜਬ ਸਿਹਤ ਕੀ ਬਾਤ ਹੋਗੀ शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट मिल गया ना अच्छी सेहत का राज पुखराज मस्ती कैंपस दी ਹਾਂਜੀ ਦੋਸਤੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਜਿਸ ਦਾ ਨਾਮ ਹੈ ਜੀ ਗਲੋਬਲ ਐਡੂਕੇਅਰ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ ਮੇਰੀ ਸੱਸ ਬੜੀ ਕਬੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਹਿ ਜਾ ਕਿਸੇ ਤੇਰੀ ਮਾਖੜ ਖਾਣੀ ਆ ਮੁੰਡਿਆ ਰਾਜੀ ਰਹਿ ਜਾ ਕਿਸੇ ਤੇਰੀ ਮਾਖੜ ਖਾਣੀ ਆ ਹੋ ਘਰੇ ਜਾ ਕੇ ਨਾ ਚੁੱਲ੍ਹੇ 'ਚ ਲ
लत मारी नचना तो हुण नच ले करे जागिना करे जागिना हो हो जागिना चुले च लत मारी नचना तो हुण नच ले लठे दी चादर उत्ते सलेटी रंग माइया आवो सामने कोलों दी रुस के ना लंग माइया तेरी माँ दे उच्चे उच्चे दंद वे तेरी माँ दे उच्चे उच्चे दंद वे दाल लगिया ते देवा पन वे लठे दी चादर उत्ते सलेटी रंग माइया आवो सामने कोलों दी रुस के ना लंग माइया तेरी माँ दी लम्मी लम्मी गुत वे तेरी माँ दी लम्मी लम्मी गुत वे दाल लगिया ते देवा पुट वे लठे दी चादर उत्ते सलेटी रंग माइया आवो सामने कोलों दी रुस के ना लंग माइया वेरी गुड वाह मुमताज ने तो पूरा माहौल ही सुरमई कर दिता जी की नाम है मनबीर सिंह हैं मनबीर सिंह डरदा क्यों पैन नहीं डरदा ना पर जोर दी ना बोल अपना मनबीर सिंह आहो हुन बोल अपर रोलर लो रोलर दोबारा दोबारा अपर रोलर लो रोलर लोअर लोअर अच्छा अपर रोलर लोअर रोलर अपर रोलर लोअर रोलर अपर रोलर रोलर साफ साफ ऊंचा अपर रोलर वो लोअर अपर रोलर लोअर रोलर अपर रोलर वो लोअर रोलर लोअर अपर रोलर लोअर रोलर हां जी अपर अपर प्राइम मिनिस्टर ऑफ इंडिया का की नाम है नरेंद्र मोदी हां नरेंद्र मोदी तू डरदा क्यों ना नहीं अच्छा प्रेसिडेंट ऑफ इंडिया का की नाम है वो नहीं पता हां जी प्रेसिडेंट ऑफ इंडिया पता नहीं थोड़ी नाम दस चेता ही नहीं रखा गया क्यों कभी काम ही नहीं पै गया उन्होंने प्रेसिडेंट ऑफ इंडिया का की नाम है सोची जा राम कुछ लव कुछ बोल की नाम है प्रेसिडेंट ऑफ इंडिया याद आ गया याद है हूँ गया रेडियो पीछे पर्ची आ गई है याद नहीं आ गया पर्ची आ गई है मैं पूछा तुम सवाल है बोला वाइस प्रेसिडेंट का की नाम है इंडिया के ਕਿਹੜਾ ਵਾਈਸ ਪ੍ਰੈਜ਼ੀਡੈਂਟ ਇੰਡੀਆ ਦਾ ਕੀ ਨਾਮ ਹੈ ਪ੍ਰਣਾਮ ਮੁਖਰਜੀ ਨਹੀਂ 2017 ਚ ਬੈਠੇ ਆ 2015 ਚ ਨਹੀਂ ਅਪਰ ਰੋਲਰ ਲੋਅਰ ਰੋਲਰ ਅਪਰ ਰੋਲਰ ਲੋਅਰ ਰੋਲਰ ਪੰਜ ਵਾਰੀ ਅਪਰ ਰੋਲਰ ਲੋਅਰ ਨਹੀਂ ਓਏ ਅਪਰ ਤਾਂ ਤੂੰ ਐਡਾ ਉੱਚੇ ਹਾਈਟ ਦੁਬਾਰਾ ਟਰਾਈ ਕਰ अपर रोलर लोअर रोलर एक अपर रोलर लोअर रोलर दो अपर लो रो अच्छा चला दस दे प्रेसिडेंट ऑफ इंडिया का की नाम है रामनाथ कोविंद अपना वाइस प्रेसिडेंट अपर रोलर लोअर रोलर अपर लो दोबारा सुन ला अपर रोलर लोअर रोलर अपर रोलर लोअर रोलर अपर रोलर अपर रोलर लोअर रोलर अपर आप आज ही सारे बोल रहे हैं पांच दिन नहीं लाने ਚੱਲ ਛੱਡ ਪਰੇ ਇਹ ਦੱਸ ਚੀਫ ਮਿਨਿਸਟਰ ਪੰਜਾਬ ਦਾ ਕੀ ਨਾਮ ਨਹੀਂ ਪਤਾ ਫਿਰ ਤੈਨੂੰ ਚੀਫ ਮਿਨਿਸਟਰ ਦਾ ਨਹੀਂ ਪਤਾ ਪ੍ਰਾਈਮ ਮਿਨਿਸਟਰ ਦਾ ਕਿੱਥੋਂ ਪਤਾ ਹੋਣਾ ਮਨਜੋਤ ਨੂੰ ਆਪਾਂ ਇੱਕ ਦਿਨ ਵਾਸਤੇ ਸਕੂਲ ਦਾ ਪ੍ਰਿੰਸੀਪਲ ਬਣਾਉਣ ਲੱਗੇ ਠੀਕ ਹੈ ਤੂੰ ਇੱਕ ਦਿਨ ਵਾਸਤੇ ਸਕੂਲ ਦੀ ਪ੍ਰਿੰਸੀਪਲ ਬਣ ਗਏ ਦੱਸ ਕੀ ਕਰੇਂਗੇ ਚੇਂਜਸ ਪਹਿਲਾਂ ਤਾਂ ਮੈਂ ਐਡੀ ਸੀਰੀਅਸ ਨਾ ਹੋ ਜੀ ਪਹਿਲੇ ਬਹੁਤ ਸੀਰੀਅਸ ਹੈ ਪ੍ਰਿੰਸੀਪਲ ਦਾ ਨਾ ਸਰ ਸੀਰੀਅਸ ਨਹੀਂ ਐਕਟੀਵਿਟੀ ਪੀਰੀਅਡਸ ਲਾ ਦੇਣੇ ਹਰ ਕਲਾਸ ਦੇ ਐਕਟੀਵਿਟੀ ਪੀਰੀਅਡਸ ਲਾ ਦੇਣੇ ਸਾਰੇ ਕੈਂਸਲ ਕਿਹੜਾ ਕਰਨਾ ਕਿਹੜੇ ਪੀਰੀਅਡ ਕੈਂਸਲ ਕਰਨੇ ਕੈਂਸਲ ਕਰਨਾ ਮੈਂ ਆ 10 ਤੱਕ ਤਾਂ ਐਸਐਸਟੀ ਕੈਂਸਲ ਕਰ ਦੇਣੀ ਐਸਐਸਟੀ ਕਿਉਂ ਐਂਡੀ ਮਾੜੀ ਕੋ ਲੱਗਦੀ ਐਸਐਸਟੀ ਬਹੁਤ ਮਾੜੀ ਹੈ ਸਰ ਤੈਨੂੰ ਵੀ ਲੱਗਦੀ ਬਹੁਤ ਮਾੜੀ ਆ ਜਾ ਤੂੰ ਵੀ ਦੱਸ ਦੇ ਅੱਛਾ ਐਸਐਸਟੀ ਕਿਉਂ ਮਾੜੀ ਲੱਗਦੀ ਕਿ ਮਾੜਾ ਕਲਰ ਐਸਕੇ ਐਸਕੇਟੀ ਸਰ ਸਾਰੀ ਹੀ ਐਸਐਸ ਸੋਸ਼ਲ ਸਾਇੰਸ ਸਾਰੀ ਪੂਰੀ ਪੂਰੀ ਅੱਛਾ ਇੱਕ ਐਸਐਸਟੀ ਖਤਮ ਕਰ ਦੇਣੀ ਆ ਹੋਰ ਹੋਰ ਮੈਂ ਵੋਕੇਸ਼ਨਲ ਸਰ ਜਿੱਦਾਂ ਵੋਕੇਸ਼ਨਲ ਸਟੱਡੀਜ਼ ਹੁੰਦੀਆਂ ਨਾ ਉਹ ਕਰਾ ਦੇਣੀ ਆ ਲਾਈਕ ਕ੍ਰੀਏਟਿਵ ਕ੍ਰੀਏਟੀਵਿਟੀ ਕਿਹੜੀ ਕਿਹੜੀ ਕ੍ਰੀਏਟੀਵਿਟੀ ਸਰ ਲਾਈਕ ਹੁਣ ਜਿਵੇਂ ਬੱਚੇ ਪੋਇਮਸ ਲਿਖ ਸਕਦੇ ਆ ਸੌਂਗਸ ਲਿਖ ਸਕਦੇ ਆ ਅੱਛਾ ਤੇ ਉਹ ਟੈਲੈਂਟ ਬਾਹਰ ਨਹੀਂ ਆਉਂਦਾ ਤਾਂ ਉਹ ਕਰਦੇ ਕੰਮ ਨਹੀਂ ਹੁੰਦੇ ਨੇ ਠਾਣੇਦਾਰ ਨੂੰ ਜਿੰਨੇ ਰਹਿੰਦੇ ਆ ਜਿਵੇਂ ਵੀ ਬਦੇਰੇ ਯਾਰ ਨੂੰ ਟੀਨੇ ਜਰਾਂ ਦੇ ਵਾਂਗੂ ਗੱਲਾਂ ਨਹੀਂ ਹੋਣੀਆਂ ਫੋਨ ਕੰਨੇ ਉੱਤੇ ਲਾ ਕੇ ਤੁਰ ਜਾਈਏ ਬਾਹਰ ਨੂੰ ਵੇਲੀਆਂ ਤੇਰੇ ਲਈ ਅੱਜ ਨਾ ਬੋਲਦਾ ਵੇਲੀਆਂ ਤੇਰੇ ਲਈ ਅੱਜ ਨਾ ਬੋਲਦਾ ਨੀ ਬੋਲ ਪੂਛ ਪੂਛ ਕਰਦਾ ਨਾ ਨਾਰਾਣ
ਨੂੰ ਇਸ ਗੱਲ ਤੋਂ ਫੇਰ ਕਿੰਨੇ ਟੁੱਟ ਗਏ ਮੁੰਡਾ ਟੋਪੀ ਉੱਤੇ ਰੱਖਦਾ ਏ ਯਾਰਾਂ ਨੂੰ ਇਸ ਗੱਲ ਤੋਂ ਫੇਰ ਕਿੰਨੇ ਟੁੱਟ ਗਏ ਮੁੰਡਾ ਟੋਪੀ ਉੱਤੇ ਰੱਖਦਾ ਏ ਯਾਰਾਂ ਨੂੰ ਮਸਤੀ ਕੈਂਪਸ ਦੀ ਗਲੋਬਲ ਐਡੂਕੇਅਰ ਸਪੈਸ਼ਲ ਕੈਬਨ ਸਪੀਕਿੰਗ ਰੋਜ਼ਾਨਾ ਦੀ ਪ੍ਰੈਕਟਿਸ ਵਾਸਤੇ ਫਰੈਸ਼ ਮਟੀਰੀਅਲ ਘਰ ਜਾ ਕੇ ਪ੍ਰੈਕਟਿਸ ਲਈ ਫਰੈਸ਼ ਮਟੀਰੀਅਲ ਇਮੀਗ੍ਰੇਸ਼ਨ ਸੇਵਾਵਾਂ ਆਈਲੈਟਸ ਦੌਰਾਨ ਕੰਡੀਸ਼ਨ ਆਫ ਫੋਰ ਲੈਟਰਸ ਮਾਲਵਾ ਜ਼ੋਨ ਦੀ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾ ਗਲੋਬਲ ਐਡੂਕੇਅਰ ਹਰਿੰਦਰਾ ਨਗਰ ਕੋਟਪੂਰਾ ਰੋਡ ਫਰੀਦਕੋਟ ਮੋਬਾਈਲ 98885-49094 ਸਿਹਤ ਹੈ ਤਾਂ ਦੁਨੀਆਦਾਰੀ ਨਿਭੇਗੀ ਸਿਹਤ ਹੈ तो हर सौगात जचेगी और जब सेहत की बात होगी तो पुखराज एलोवेरा से शुरुआत होगी शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट मिल गया ना अच्छी सेहत का राज पुखराज ਮਸਤੀ ਕੈਂਪਸ ਦੀ ਮੇਰੇ ਬੂਟਾਂ 'ਚ ਮੈਗਨੇਟ ਹੁੰਦੀ ਮੈਂ ਵੀ ਚੜ ਜਾਣਾ ਸੀ ਨਹੀਂ ਇਹ ਚਮੜੇ ਦੇ ਬੂਟ ਹੈ ਮੈਗਨੇਟ ਥੋੜੀ ਲੱਗੀ ਹੈ ਨਹੀਂ ਨਹੀਂ ਭਰਾ ਮੇਰੇ ਕੋਲ ਨੇ ਚੜੇ ਜਾਣਾ ਦਿੱਲੀ ਲੌਂਗ ਦਾ ਮੁਕੱਦਮਾ ਪਾਰੀ ਥਾਣੇਦਾਰਾ ਸੋਚ ਕੇ ਕਰੀ ਦਿੱਲੀ ਲੌਂਗ ਦਾ ਮੁਕੱਦਮਾ ਪਾਰੀ ਥਾਣੇਦਾਰਾ ਸੋਚ ਕੇ ਕਰੀ ਮੁਕੱਦਮਾ ਪਾਰੀ ਥਾਣੇਦਾਰਾ ਸੋਚ ਕੇ ਕਰੀ ਸਰਕਾਰੀ ਫੀਸ ਤੋਂ ਬਾਹਰ
ਲੈ ਜੀ ਦੋਸਤੋ ਕੋਮਲ ਦੀ ਇਸ ਜ਼ੋਰਦਾਰ ਪਰਫਾਰਮੈਂਸ ਤੋਂ ਬਾਅਦ ਅੱਜ ਦਾ ਐਪੀਸੋਡ ਅਸੀਂ ਇੱਥੇ ਖਤਮ ਕਰਦੇ ਹਾਂ ਉਸ ਪ੍ਰੋਗਰਾਮ ਜਿਸ ਦਾ ਨਾਮ ਹੈ ਜੀ ਗਲੋਬਲ ਐਡੂਕੇਅਰ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ ਤੇ ਜੀ ਹਾਂ ਦੋਸਤੋ ਤੁਹਾਨੂੰ ਮਿਲਾਂਗੇ ਅਗਲੀ ਕੜੀ ਵਿੱਚ ਉਸ ਪ੍ਰੋਗਰਾਮ ਵਿੱਚ ਜਿਸ ਦਾ ਨਾਮ ਹੈ ਗਲੋਬਲ ਐਡੂਕੇਅਰ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ ਮਾਈ ਨੇਮ ਇਜ਼ ਕੁਲਦੀਪ ਸਿੰਘ ਧਾਲੀਵਾਲ ਮੈਨੇਜਿੰਗ ਡਾਇਰੈਕਟਰ ਗਲੋਬਲ ਐਡੂਕੇਅਰ ਆਇਲਸ ਐਂਡ ਵੀਜ਼ਾ ਸਰਵਿਸਿਜ਼ ਫਰੀਦਕੋਟ ਸਾਡਾ ਇੱਥੇ ਪੜ੍ਹਾਉਣ ਦਾ ਤਰੀਕਾ ਟੋਟਲੀ ਵੱਖਰਾ ਹੈ ਜਿਹੜੇ ਸਾਡੇ ਫਰੀਦਕੋਟ ਦੇ ਬਾਕੀ ਇੰਸਟੀਚਿਊਟਸ ਆ ਜਾਂ ਸਾਡੇ ਰੀਜਨ ਵਿੱਚ ਬਾਕੀ ਇੰਸਟੀਚਿਊਟਸ ਆ ਉਹਨਾਂ ਨਾਲ ਟੋਟਲੀ ਅਸੀਂ ਵੱਖਰੇ ਕਿਵੇਂ ਹਾਂ ਫਸਟ ਆਫ ਆਲ ਸਾਡੇ ਜਿੰਨੇ ਵੀ ਟ੍ਰੇਨਰਸ ਹੈ ਉਹਨਾਂ ਸਾਰੇ ਦੇ ਆਰ ਵੈਲ ਕੁਆਲੀਫਾਈਡ ਦੇ ਡੂ ਹੈਵ ਵੈਲ ਐਕਸਪੀਰੀਅੰਸ ਐਂਡ ਆਲਸੋ ਉਹਨਾਂ ਦੀਆਂ ਜਿਹੜੀਆਂ ਅਸੀਂ ਟ੍ਰੇਨਿੰਗਸ ਰੈਗੂਲਰਲੀ ਆਈ ਡੀ ਪੀ ਅਤੇ ਬ੍ਰਿਟਿਸ਼ ਕੌਂਸਲ ਤੋਂ ਲਵਾਉਂਦੇ ਰਹਿੰਦੇ ਹਾਂ ਇੱਥੇ ਕਲਾਸਿਸ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਐਡਮਿਸ਼ਨ ਹੁੰਦੇ ਸਾਰ ਨਾਲ ਦੀ ਨਾਲ ਹੀ ਅਸੀਂ ਉਹਨਾਂ ਨੂੰ ਬੈਗਸ ਉਹਨਾਂ ਦੇ ਵਿੱਚ ਬੁੱਕਸ ਰਿਸੋਰਸਿਸ ਉਹਨਾਂ ਨੂੰ ਪਹਿਲੇ ਦਿਨ ਹੀ ਪ੍ਰੋਵਾਈਡ ਕਰਦੇ ਹਾਂ ਉਸ ਤੋਂ ਬਾਅਦ ਰੈਗੂਲਰ ਅਸੀਂ ਜਿਹੜੇ ਰਿਸੋਰਸਿਸ ਸਟੂਡੈਂਟਸ ਨੂੰ ਉਹ ਦਿੰਦੇ ਰਹਿੰਦੇ ਹਾਂ ਕਲਾਸਿਸ ਵਿੱਚ ਸਾਰੇ ਮੋਡਿਊਲਸ ਦੀ ਪ੍ਰੈਕਟਿਸ ਹੁੰਦੀ ਹੈ ਅਤੇ ਉਸ ਤੋਂ ਬਾਅਦ ਸਾਰੇ ਮੋਡਿਊਲਸ ਦੀ ਹਰ ਰੋਜ਼ ਡਿਸਕਸ਼ਨ ਹੁੰਦੀ ਹੈ ਡਿਊਰਿੰਗ ਕੋਚਿੰਗ ਇੱਥੇ ਅਸੀਂ ਸਟੂਡੈਂਟਸ ਦੀ ਇੰਡੀਵਿਜੁਅਲੀ ਇਕੱਲੇ ਇਕੱਲੇ ਸਟੂਡੈਂਟਸ ਦੀ ਸਪੀਕਿੰਗ ਕਰਵਾਉਂਦੇ ਹਾਂ ਇੰਡੀਵਿਜੁਅਲ ਕੈਬਿਨਸ ਬਣੇ ਹੋਏ ਆ ਐਂਡ ਕਲਾਸਿਸ ਦੇ ਵਿੱਚ ਗਰੁੱਪ ਡਿਸਕਸ਼ਨਸ ਵੀ ਹੁੰਦੀਆਂ ਸਪੀਕਿੰਗ ਦੀਆਂ ਵੀ ਅਤੇ ਰਾਈਟਿੰਗ ਦੀਆਂ ਵੀ ਰਾਈਟਿੰਗ ਦੀਆਂ ਨੋਟਬੁੱਕਸ ਹਰ ਰੋਜ਼ ਰੈਗੂਲਰਲੀ ਚੈੱਕ ਕੀਤੀਆਂ ਜਾਂਦੀਆਂ ਹਰ ਸੈਟਰਡੇ ਨੂੰ ਅਸੀਂ ਸਟੂਡੈਂਟਸ ਦਾ ਮੌਕ ਟੈਸਟ ਕੰਡਕਟ ਕਰਦੇ ਹਾਂ ਅਤੇ ਅਸੀਂ ਸਟੂਡੈਂਟਸ ਦੇ ਨਾਲ ਕਮਿਟਮੈਂਟ ਕਰਦੇ ਹਾਂ ਸਾਡੀ ਗਰੰਟੀ ਹੈ ਇਸ ਚੀਜ਼ ਦੀ ਵੀ ਜੋ ਵੀ ਤੁਹਾਡਾ ਵੱਧ ਤੋਂ ਵੱਧ ਸਕੋਰ ਸਾਡੇ ਆਇਲਸ 'ਤੇ ਇੱਥੇ ਮੌਕ ਟੈਸਟ ਵਿੱਚ ਤੁਹਾਡਾ ਸਟੂਡੈਂਟ ਸਕੋਰ ਕਰਦਾ ਤੁਹਾਡਾ ਆਈ ਡੀ ਪੀ ਜਾਂ ਬ੍ਰਿਟਿਸ਼ ਕੌਂਸਲ ਜਿਹੜਾ ਮਰਜ਼ੀ ਟੈਸਟ ਲਓ ਉਹਦੇ ਵਿੱਚ 0.5 ਜਾਂ ਉਹਦੇ ਇਕੁਵਲੈਂਟ ਸਕੋਰ ਆਉਣਗੇ ਜਾਂ ਉਦੋਂ 0.5 ਉੱਪਰ ਆਉਣਗੇ ਘੱਟ ਨਹੀਂ ਆਉਂਦੇ ਉਸ ਤੋਂ ਇਲਾਵਾ ਸਾਡੇ ਜਿੰਨੇ ਵੀ ਫੈਕਲਟੀ ਮੈਂਬਰਸ ਆ ਸਾਰੇ ਦੇ ਆਰ ਵੈਲ ਕੁਆਲੀਫਾਈਡ ਵੈਲ ਟੈਲੈਂਟਡ ਐਂਡ ਐਕਸਪੀਰੀਅੰਸਡ ਐਸ ਵੈਲ ਐਂਡ ਜਿੱਥੋਂ ਤੱਕ ਸਾਡਾ ਸਟੱਡੀ ਵੀਜ਼ੇ ਦਾ ਨਾਲ ਅਸੀਂ ਡੀਲ ਕਰਦੇ ਹਾਂ ਉਹ ਸਾਡੇ ਟਾਈਅਪ ਸਟਰੇਟ ਅਵੇ ਕੈਨੇਡਾ ਅਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਕਾਲਜਸ ਯੂਨੀਵਰਸਿਟੀਜ਼ ਦੇ ਨਾਲ ਹੈ ਅਸੀਂ ਐਪਲੀਕੇਸ਼ਨਸ ਥਰੂ ਚੈਨਲਸ ਨਹੀਂ ਭੇਜਦੇ ਅਸੀਂ ਸਟਰੇਟ ਅਵੇ ਕਾਲਜਸ ਯੂਨੀਵਰਸਿਟੀਜ਼ ਨੂੰ ਭੇਜਦੇ ਹਾਂ ਉਹਦੇ ਨਾਲ ਕੀ ਆ ਪ੍ਰੋਸੈਸ ਜਿਹੜੇ ਲਾਈਕ ਉਹ ਡਿਲੇਜ਼ ਨਹੀਂ ਹੁੰਦੀਆਂ ਅਤੇ ਓਬਵੀਅਸਲੀ ਜਿਹੜੇ ਸਟੂਡੈਂਟਸ ਨੂੰ ਆਫਰ ਲੈਟਰਸ ਲੈਣ ਵਿੱਚ ਜਾਂ ਵੀਜ਼ਾਜ਼ ਲੈਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਗਲੋਬਲ ਐਡੂਕੇਅਰ ਇੱਕ ਲਾਈਕ ਮਾਨਤਾ ਪ੍ਰਾਪਤ ਇੰਸਟੀਟਿਊਟ ਹੈ ਸਾਡੇ ਲਾਈਕ ਪੰਜਾਬ ਸਰਕਾਰ ਤੋਂ ਵੀ ਗਵਰਨਮੈਂਟ ਆਫ ਇੰਡੀਆ ਤੋਂ ਵੀ ਐਂਡ ਮੋਰਓਵਰ ਅਸੀਂ ਆ ਪਿੱਛੇ ਸਰਟੀਫਿਕੇਟਸ ਤੁਸੀਂ ਦੇਖ ਸਕਦੇ ਹੋ ਆਈ ਡੀ ਪੀ ਬ੍ਰਿਟਿਸ਼ ਕੌਂਸਲ ਤੋਂ ਵੀ ਐਂਡ ਪਲੱਸ ਸਾਡੇ ਕੋਲ ਕਾਫੀ ਜ਼ਿਆਦਾ ਜਿਹੜੇ ਕਾਲਜਸ ਯੂਨੀਵਰਸਿਟੀ ਸਟਰੇਟ ਅਵੇ ਸਿੱਧੇ ਅਸੀਂ ਉਹਨਾਂ ਨੂੰ ਯੂਨੀਵਰਸਿਟੀਜ਼ ਭੇਜਦੇ ਹਾਂ ਸਾਡੇ ਕੋਲ ਉਹਨਾਂ ਦੀਆਂ ਵੀ ਐਫੀਲੇਸ਼ਨਸ ਹੈਗੀਆਂ ਜਿਸ ਕਰਕੇ ਵੀ ਅੱਜ ਕੱਲ੍ਹ ਆਪਾਂ ਦੇਖ ਸਕਦੇ ਹਾਂ ਵੀ ਬਹੁਤ ਜ਼ਿਆਦਾ ਜਿਹੜਾ ਫਰੋਡ ਹੁੰਦਾ ਹੈ ਉਹ ਜਿਹੜਾ ਸਟੱਡੀ ਵੀਜ਼ਾ ਜਾਂ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਵੀਜ਼ਾ ਐਪਲੀਕੇਸ਼ਨਸ ਵਿੱਚ ਹੁੰਦਾ ਅਸੀਂ ਤੁਸੀਂ ਇਸ ਚੀਜ਼ ਤੋਂ ਬਚ ਸਕਦੇ ਹਾਂ ਬਿਕੋਜ਼ ਜਿਹੜੀ ਸਾਡੀ ਇਹ ਸੰਸਥਾ ਹੈ ਮਾਨਤਾ ਪ੍ਰਾਪਤ ਸੰਸਥਾ ਐਂਡ ਆਲਸੋ ਅਸੀਂ ਸਟੂਡੈਂਟਸ ਨੂੰ ਫਰੀ ਡੈਮੋ ਸੈਸ਼ਨਸ ਦਿੰਦੇ ਹਾਂ ਜਿੰਨੇ ਵੀ ਸਟੂਡੈਂਟ ਸਾਡੇ ਕੋਲ ਐਡਮਿਸ਼ਨ ਲੈਣਾ ਚਾਹੁੰਦੇ ਆ ਅਸੀਂ ਇੱਕ ਦਿਨ ਦੀ ਨਹੀਂ ਅਸੀਂ ਦੋ ਦਿਨ ਦੀ ਫਰੀ ਡੈਮੋ ਕਲਾਸ ਦਿੰਦੇ ਹਾਂ ਸਟੂਡੈਂਟਸ ਨੂੰ ਤੁਸੀਂ ਸਾਡੇ ਕੋਲ ਬਿਲਕੁਲ ਫਰੀ ਆਫ ਕੋਸਟ ਇੱਕ ਵਾਰੀ ਕਲਾਸ ਜ਼ਰੂਰ ਲੈ ਕੇ ਦੇਖੋ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਸਾਡੀ ਕੋਚਿੰਗ ਇੱਕ ਕੁਆਲਿਟੀ ਕੋਚਿੰਗ ਹੈ ਤਾਂ ਤੁਸੀਂ ਡੈਫੀਨੇਟਲੀ ਐਡਮਿਸ਼ਨ ਲਓ ਪਹਿਲਾਂ ਸਾਡੇ ਫਰੀਦਕੋਟ ਰੀਜਨ ਦੇ ਸਟੂਡੈਂਟਸ ਨੂੰ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਆਇਲਸ ਦੀ ਕੋਚਿੰਗ ਲਈ ਜਾਣਾ ਪੈਂਦਾ ਸੀ ਬਟ ਹੁਣ ਅਸੀਂ ਇਸ ਫਰੀਦਕੋਟ ਸ਼ਹਿਰ ਵਿੱਚ ਹੀ ਅਸੀਂ ਇੱਕ ਬਹੁਤ ਆਪਾਂ ਕਹਿ ਸਕਦੇ ਵੀ ਲੈਵਲ ਇੱਕ ਕੁਆਲਿਟੀ ਚੰਗੀ ਦਾ ਅਸੀਂ ਇੰਸਟੀਟਿਊਟ ਜਿਹੜਾ ਅਸੀਂ ਰਨ ਕਰ ਰਹੇ ਹਾਂ ਅਤੇ ਅਸੀਂ ਇੱਥੇ ਜਿਹੜੇ ਸਾਡੇ ਰਿਜ਼ਲਟਸ ਹੈ ਉਹ ਸਾਡੀਆਂ ਸੋਸ਼ਲ ਨੈਟਵਰਕਿੰਗ ਵੈਬਸਾਈਟਸ ਫੇਸਬੁੱਕ ਇੰਸਟਾਗ੍ਰਾਮ ਦੇ ਉੱਪਰ ਡਿਸਪਲੇ ਆ ਤੁਸੀਂ ਚੈੱਕ ਕਰ ਸਕਦੇ ਹੋ www.facebook.com/ ਗਲੋਬਲ ਐਡੂਕੇਅਰ FDK ਐਂਡ www.instagram.com/ ਗਲੋਬਲ ਐਡੂਕੇਅਰ FDK ਐਂਡ ਆਲਸੋ ਵੀ ਮੈਂ ਸਟੂਡੈਂਟਸ ਨੂੰ ਐਂਡ ਉਹਨਾਂ ਦੇ ਪੇਰੈਂਟਸ ਨੂੰ ਇਹ ਰਿਕੁਐਸਟ ਕਰਦਾ ਤੁਸੀਂ ਹਰ ਇੱਕ ਕੰਸਲਟੈਂਟ ਜਾਂ ਕੋਈ ਵੀ ਜਿਹੜਾ ਸਟੱਡੀ ਵੀਜ਼ਾ ਲਈ ਡੀਲ ਕਰਦਾ ਤੁਸੀਂ ਉਹਨਾਂ ਕੋਲੋਂ ਰਾਏ ਜ਼ਰੂਰ ਲੈ ਕੇ ਆਓ ਫਿਰ ਸਾਨੂੰ ਪਤਾ ਲੱਗਦਾ ਅਸੀਂ ਕਿਤੇ ਨਾ ਕਿਤੇ ਉਹਨੂੰ ਨਾਪ ਤੋਲ ਕਰਦੇ ਹਾਂ ਅਸੀਂ ਇੱਕ ਦੂਜੇ ਦੇ ਨਾਲ ਕੰਪੇਅਰ ਕਰਦੇ ਹਾਂ ਫਿਰ ਹੀ ਸਾਨੂੰ ਇੱਕ ਸਹੀ ਇੰਸਟੀਚਿਊਟ ਜਾਂ ਸਹੀ ਕੰਸਲਟੈਂਸੀ ਦੇ ਜਿਹੜੀਆਂ ਸਰਵਿਸਿਜ਼ ਦਾ ਪਤਾ ਲੱਗਦਾ ਮੈਂ ਖੁਦ ਫਰੀਦਕੋਟ ਨੂੰ ਬਿਲੋਂਗ ਕਰਦਾ ਅਤੇ ਮੈਂ ਫਰੀਦਕੋਟ ਐਂਡ ਆਸ ਪਾਸ ਦੇ ਜਿੰਨੇ ਵੀ ਸਾਡੇ ਇਲਾਕੇ ਦੇ ਜਿਹੜੇ ਨਿਵਾਸੀ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਵੀ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀਜ਼ਾ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਫਿਊਚਰ ਕਿਸੇ ਗਲਤ ਹੱਥਾਂ ਵਿੱਚ ਜਾਵੇ ਤਾਂ ਤੁਸੀਂ ਡੈਫੀਨੇਟਲੀ ਇੱਕ ਵਾਰ ਸਾਨੂੰ ਚਾਂਸ ਜ਼ਰੂਰ ਦਿਓ ਗਲੋਬਲ ਐਡੂਕੇਅਰ ਵਿਜ਼ਿਟ ਕਰੋ ਐਂਡ ਵਿਲ ਡੂ ਆਰ ਬੈਸਟ ਟੂ ਪ੍ਰੋਵਾਈਡ ਯੂ ਅ ਕੁਆਲਿਟੀ ਕੰਸਲਟੈਂਸੀ ਮਸਤੀ ਕੈਂਪਸ ਦੀ